ਜੋ ਕੁਛ ਇਹਦੇ 'ਚ ਲਿਖਿਆ ਆ ਉਹਨੂੰ ਆਪਣੇ ਜੀਵਨ 'ਚ ਵਰਤਿਆ? ਇਹ ਸਿੱਖ ਲਈ ਜੀਵਨ ਜਾਂਚ ਆ। ਸਫਲ ਜੀਵਨ ਜੀਣ ਦਾ ਇੱਕ ਰਸਤਾ ਦੱਸ ਕੇ ਗਏ ਸੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਅਸੀਂ ਰੁਮਾਲਿਆਂ 'ਚ ਬੰਦ ਕਰ ਦਿੱਤਾ। ਇੱਕ ਸਰ ਬ੍ਰੈਡਮੈਨ ਹੋਇਆ, ਇੰਗਲੈਂਡ ਦਾ ਫਿਲੋਸਫਰ ਹੈ, ਉਹਨੇ ਸਾਰੇ ਧਰਮਾਂ ਦਾ ਅਧਿਐਨ ਕੀਤਾ, ਸਾਰੇ ਧਰਮਾਂ ਦਾ ਉਹਨੇ ਅਧਿਐਨ ਕੀਤਾ, ਮੁਸਲਿਮ, ਈਸਾਈ, ਸਿੱਖ, ਹਿੰਦੂ, ਜਿੰਨੇ ਵੀ ਧਰਮ ਨੇ ਸੰਸਾਰ 'ਤੇ, ਉਹਨੇ ਸਾਰਿਆਂ 'ਚ ਨੁਕਸ ਕੱਢੇ। ਜੋ ਵੀ ਉਹਨੂੰ ਲੱਗਿਆ ਉਹਨੇ ਹਰ ਇੱਕ 'ਚ ਨੁਕਸ ਕੱਢ ਦਿੱਤਾ। ਹਿੰਦੂ ਦੀ ਫਿਲੋਸਫੀ 'ਚ, ਮੁਸਲਮਾਨਾਂ ਦੀ ਫਿਲੋਸਫੀ 'ਚ, ਸਾਰਿਆਂ ਦੀ ਫਿਲੋਸਫੀ 'ਚ ਉਹਨੇ ਨੁਕਸ ਕੱਢੇ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਵਾਰੀ ਆਈ ਤਾਂ ਉਹਨੇ ਪਤਾ ਕੀ ਲਿਖਿਆ? ਔਨ ਰੈਕੋਰਡ ਹੈ, ਕਹਿੰਦਾ ਦੁਨੀਆ ਦੀ ਤੀਜੀ ਵਰਲਡ ਵਾਰ ਲੱਗੇਗੀ ਅਤੇ ਥੋੜ੍ਹੇ ਜਿਹੇ ਬੰਦੇ ਰਹਿ ਜਾਣਗੇ, ਬਾਕੀ ਸਭ ਐਟਮ ਬੰਬਾਂ ਦੀ ਮਾਰ ਨਾਲ ਮਰ ਜਾਣਗੇ, ਥੋੜ੍ਹੇ ਜਿਹੇ ਬੰਦੇ ਬਚਣਗੇ ਅਤੇ ਉਹਨਾਂ ਦੀ ਅਗਵਾਈ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੋਏਗਾ। ਨਾਲ ਲੱਗਦਾ ਉਹਨੂੰ ਕਿਸੇ ਨੇ ਸਵਾਲ ਕਰ ਦਿੱਤਾ, ਭਾਈ ਸਾਰੇ ਬੰਦੇ ਮਰ ਜਾਣਗੇ, ਥੋੜ੍ਹੇ ਜਿਹੇ ਬੰਦੇ ਬਚਣਗੇ, ਉਹਨਾਂ ਦੀ ਅਗਵਾਈ ਗੁਰੂ ਗ੍ਰੰਥ ਸਾਹਿਬ ਕਰੇਗਾ। ਕੀ ਗੁਰੂ ਗ੍ਰੰਥ ਸਾਹਿਬ ਹੁਣ ਅਗਵਾਈ ਕਰਨ ਦੇ ਯੋਗ ਨਹੀਂ? ਕਿ ਗੁਰੂ ਗ੍ਰੰਥ ਸਾਹਿਬ ਹੁਣ ਸੰਸਾਰ ਦੀ ਅਗਵਾਈ ਨਹੀਂ ਕਰ ਸਕਦਾ? ਕਹਿੰਦਾ ਕਰ ਸਕਦਾ, ਪਰ ਸਿੱਖਾਂ ਨੇ ਇਹਦੇ ਉਪਦੇਸ਼ ਨੂੰ ਹਵਾ ਹੀ ਨਹੀਂ ਲਵਾਈ ਔਰ ਇਹ ਇਸ ਪਾਪ ਤੋਂ ਬਚ ਨਹੀਂ ਸਕਣਗੇ। ਬਹੁਤ ਵੱਡਾ ਪਾਪ ਹੈ, ਇਹ ਸਾਰੇ ਸੰਸਾਰ ਦੇ ਭਲੇ ਲਈ ਗ੍ਰੰਥ ਰਚਿਆ ਗਿਆ ਸੀ। ਅਸੀਂ ਆਪਣੇ ਧੀਆਂ ਪੁੱਤਾਂ ਨੂੰ ਵੀ ਨਹੀਂ ਇਹਦੀ ਫਿਲੋਸਫੀ ਪਹੁੰਚਾ ਸਕੇ, ਅਸੀਂ ਆਪਣੇ ਬੱਚਿਆਂ ਨੂੰ ਵੀ ਜਪਜੀ ਨਹੀਂ ਪੜ੍ਹਾ ਸਕੇ। ਸੰਸਾਰ ਨੂੰ ਸੁਖੀ ਕੀ ਕਰਨਾ ਸੀ? ਸਿੱਖ ਨੇ ਆਪ ਸੁਖੀ ਹੋਣਾ ਸੀ ਅਤੇ ਆਪਣੇ ਗੁਆਂਢੀਆਂ ਨੂੰ ਸੁਖੀ ਕਰਨਾ ਸੀ, ਫਿਰ ਆਪਣਾ ਨਗਰ ਸੁਖੀ ਕਰਨਾ ਸੀ, ਇੱਦਾਂ ਕਰਦੇ ਕਰਦੇ ਸਾਰਾ ਦੇਸ਼, ਸਾਰਾ ਸੰਸਾਰ ਸੁਖੀ ਕਰਨਾ ਸੀ। ਇਹ ਸਾਰੇ ਸੰਸਾਰ ਦੇ ਭਲੇ ਲਈ ਰਚਿਆ ਗਿਆ ਗ੍ਰੰਥ ਹੈ, ਸੰਸਾਰ ਦੇ ਹਰ ਜੀਵ ਵਾਸਤੇ, ਭਾਵੇਂ ਉਹ ਕਾਲਾ ਹੈ, ਭਾਵੇਂ ਉਹ ਗੋਰਾ ਹੈ, ਭਾਵੇਂ ਉਹ ਮੁਸਲਿਮ ਹੈ, ਭਾਵੇਂ ਇਸਾਈ ਹੈ, ਭਾਵੇਂ ਸਿੱਖ ਹੈ, ਸੰਸਾਰ ਦੇ ਹਰ ਜੀਵ ਲਈ ਇਹਦੇ ਵਿੱਚ ਕੁਛ ਨਾ ਕੁਛ ਪਿਆ ਹੈ। ਗੁਰੂ ਨਾਨਕ ਸਾਹਿਬ ਕਹਿ ਕੇ ਗਏ, ਕੋਈ ਗਾਵੈ ਕੋ ਸੁਣੈ ਹਰ ਨਾਮਾ ਚਿਤਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ। ਕੋਈ ਗਾਲ ਹੈ, ਕੋਈ ਸੁਣ ਲੈ,